ਤਾਂ ਫੜਿਆ ਗਿਆ ਆਦਮਖੋਰ ਤੇਂਦੂਆ ਜਿਸਨੇ ਲੋਕਾਂ ਦਾ ਘਰ ਦੇ ਵਿੱਚੋਂ ਨਿਕਲਣਾ ਵੀ ਕਰਤਾ ਸੀ ਮੁਸ਼ਕਲ ਤੇ ਲੋਕ ਡਰਦੇ ਮਾਰੇ ਖੇਤਾਂ ਦੇ ਵਿੱਚ ਜਾਣਾ ਵੀ ਭੁੱਲ ਗਏ ਸੀ ਕਿਉਂਕਿ ਲਗਾਤਾਰ ਇੱਕ ਤੇਂਦੂਏ ਦਾ ਖੌਫ ਜੋ ਹੈ ਇਸ ਇਲਾਕੇ ਦੇ ਵਿੱਚ ਨਜ਼ਰ ਆ ਰਿਹਾ ਸੀ। ਕਈ ਲੋਕਾਂ ਨੂੰ ਇਸਨੇ ਆਪਣਾ ਸ਼ਿਕਾਰ ਬਣਾਇਆ ਸੀ ਤੇ ਕਿੰਨੇ ਹੀ ਲੋਕਾਂ ਨੂੰ ਇਸਨੇ ਜ਼ਖਮੀ ਕੀਤਾ ਸੀ ਤੇ ਹੁਣ ਇਹ ਆਦਮਖੋਰ ਤੇਂਦੂਆ ਜੰਗਲਾਤ ਵਿਭਾਗ ਦੀ ਟੀਮ ਨੇ ਕੜੀ ਮੁਸ਼ਕਲ ਤੋਂ ਬਾਅਦ ਕਾਬੂ ਕੀਤਾ। ਤਾਂ ਦੱਸ ਦਈਏ ਕਿ ਮਾਮਲਾ ਕੁਛ ਇਸ ਤਰ੍ਹਾਂ, ਪਾਣੀਪਤ ਦੇ ਵਿੱਚ ਇੱਕ ਤੇਂਦੂਏ ਦਾ ਆਤੰਕ ਨਜ਼ਰ ਆ ਰਿਹਾ ਸੀ। ਲਗਾਤਾਰ ਉਸਨੂੰ ਜੰਗਲਾਤ ਵਿਭਾਗ ਦੀ ਟੀਮ ਦੇ ਵੱਲੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿਉਂਕਿ ਕਾਫੀ ਦਿਨਾਂ ਤੋਂ ਇਸਨੇ ਕਈ ਲੋਕਾਂ ਨੂੰ ਸ਼ਿਕਾਰ ਬਣਾਇਆ ਸੀ ਤੇ ਹੁਣ ਜੋ ਹੈ ਜੰਗਲਾਤ ਵਿਭਾਗ ਦੀ ਟੀਮ ਨੇ ਇਸ ਤੇਂਦੂਏ ਨੂੰ ਕਾਬੂ ਕਰ ਲਿਆ। ਦਰਅਸਲ ਜੋ ਤੇਂਦੂਆ ਹੈ ਉਹ ਇੱਕ ਪਾਈਪ ਦੇ ਵਿੱਚ ਜਾ ਕੇ ਲੁਕ ਜਾਂਦਾ ਤੇ ਜਦੋਂ ਇਸ ਦੇ ਬਾਰੇ ਜੰਗਲਾਤ ਵਿਭਾਗ ਦੀ ਟੀਮ ਨੂੰ ਪਤਾ ਲੱਗਦਾ ਤਾਂ ਦੋਨਾਂ ਪਾਸਿਆਂ ਤੋਂ ਜਾਲ ਪਾ ਕੇ ਬੇਹੋਸ਼ੀ ਦਾ ਇੰਜੈਕਸ਼ਨ ਦੇ ਕੇ ਇਸ ਨੂੰ ਹੁਣ ਰੈਸਕਿਊ ਕੀਤਾ ਗਿਆ। ਤਾਂ ਦੱਸ ਦਈਏ ਕਿ ਇਸ ਦੌਰਾਨ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਤੇਂਦੂਆ ਹੈ ਉਹ ਪਾਈਪ ਦੇ ਵਿੱਚ ਬੈਠਾ ਨਜ਼ਰ ਆ ਰਿਹਾ ਤੇ ਆਲੇ ਦੁਆਲੇ ਤੋਂ ਜੰਗਲਾਤ ਵਿਭਾਗ ਦੀ ਟੀਮ ਵੱਲੋਂ ਜਾਲ ਜੋ ਹੈ ਉਹ ਲਗਾਏ ਗਏ ਨੇ। ਹਾਲਾਂਕਿ ਬੇਹੋਸ਼ੀ ਦਾ ਇੰਜੈਕਸ਼ਨ ਦੇ ਕੇ ਇਸ ਨੂੰ ਕਾਬੂ ਕੀਤਾ ਗਿਆ ਤਾਂ ਖਬਰ ਪਾਣੀਪਤ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਤੇਂਦੂਏ ਦਾ ਆਤੰਕ ਜੋ ਹੈ ਲਗਾਤਾਰ ਕਹਿਰ ਬਰਪਾ ਰਿਹਾ ਸੀ ਤੇ ਹੁਣ ਉਸ ਤੇਂਦੂਏ ਨੂੰ ਰੈਸਕਿਊ ਕੀਤਾ ਗਿਆ ਤੇ ਇਸ ਦੌਰਾਨ ਰੈਸਕਿਊ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਤਾਂ ਫੜਿਆ ਗਿਆ ਆਦਮਖੋਰ ਤੇਂਦੂਆ ਜਿਸਨੇ ਲੋਕਾਂ ਦਾ ਘਰ ਦੇ ਵਿੱਚੋਂ ਨਿਕਲਣਾ ਵੀ ਕਰਤਾ ਸੀ ਮੁਸ਼ਕਲ ਤੇ ਲੋਕ ਡਰਦੇ ਮਾਰੇ ਖੇਤਾਂ ਦੇ ਵਿੱਚ ਜਾਣਾ ਵੀ ਭੁੱਲ ਗਏ ਸੀ ਕਿਉਂਕਿ ਲਗਾਤਾਰ ਇੱਕ ਤੇਂਦੂਏ ਦਾ ਖੌਫ ਜੋ ਹੈ ਇਸ ਇਲਾਕੇ ਦੇ ਵਿੱਚ ਨਜ਼ਰ ਆ ਰਿਹਾ ਸੀ। ਕਈ ਲੋਕਾਂ ਨੂੰ ਇਸਨੇ ਆਪਣਾ ਸ਼ਿਕਾਰ ਬਣਾਇਆ ਸੀ ਤੇ ਕਿੰਨੇ ਹੀ ਲੋਕਾਂ ਨੂੰ ਇਸਨੇ ਜ਼ਖਮੀ ਕੀਤਾ ਸੀ ਤੇ ਹੁਣ ਇਹ ਆਦਮਖੋਰ ਤੇਂਦੂਆ ਜੰਗਲਾਤ ਵਿਭਾਗ ਦੀ ਟੀਮ ਨੇ ਕੜੀ ਮੁਸ਼ਕਲ ਤੋਂ ਬਾਅਦ ਕਾਬੂ ਕੀਤਾ। ਤਾਂ ਦੱਸ ਦਈਏ ਕਿ ਮਾਮਲਾ ਕੁਛ ਇਸ ਤਰ੍ਹਾਂ, ਪਾਣੀਪਤ ਦੇ ਵਿੱਚ ਇੱਕ ਤੇਂਦੂਏ ਦਾ ਆਤੰਕ ਨਜ਼ਰ ਆ ਰਿਹਾ ਸੀ। ਲਗਾਤਾਰ ਉਸਨੂੰ ਜੰਗਲਾਤ ਵਿਭਾਗ ਦੀ ਟੀਮ ਦੇ ਵੱਲੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿਉਂਕਿ ਕਾਫੀ ਦਿਨਾਂ ਤੋਂ ਇਸਨੇ ਕਈ ਲੋਕਾਂ ਨੂੰ ਸ਼ਿਕਾਰ ਬਣਾਇਆ ਸੀ ਤੇ ਹੁਣ ਜੋ ਹੈ ਜੰਗਲਾਤ ਵਿਭਾਗ ਦੀ ਟੀਮ ਨੇ ਇਸ ਤੇਂਦੂਏ ਨੂੰ ਕਾਬੂ ਕਰ ਲਿਆ। ਦਰਅਸਲ ਜੋ ਤੇਂਦੂਆ ਹੈ ਉਹ ਇੱਕ ਪਾਈਪ ਦੇ ਵਿੱਚ ਜਾ ਕੇ ਲੁਕ ਜਾਂਦਾ ਤੇ ਜਦੋਂ ਇਸ ਦੇ ਬਾਰੇ ਜੰਗਲਾਤ ਵਿਭਾਗ ਦੀ ਟੀਮ ਨੂੰ ਪਤਾ ਲੱਗਦਾ ਤਾਂ ਦੋਨਾਂ ਪਾਸਿਆਂ ਤੋਂ ਜਾਲ ਪਾ ਕੇ ਬੇਹੋਸ਼ੀ ਦਾ ਇੰਜੈਕਸ਼ਨ ਦੇ ਕੇ ਇਸ ਨੂੰ ਹੁਣ ਰੈਸਕਿਊ ਕੀਤਾ ਗਿਆ। ਤਾਂ ਦੱਸ ਦਈਏ ਕਿ ਇਸ ਦੌਰਾਨ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਤੇਂਦੂਆ ਹੈ ਉਹ ਪਾਈਪ ਦੇ ਵਿੱਚ ਬੈਠਾ ਨਜ਼ਰ ਆ ਰਿਹਾ ਤੇ ਆਲੇ ਦੁਆਲੇ ਤੋਂ ਜੰਗਲਾਤ ਵਿਭਾਗ ਦੀ ਟੀਮ ਵੱਲੋਂ ਜਾਲ ਜੋ ਹੈ ਉਹ ਲਗਾਏ ਗਏ ਨੇ। ਹਾਲਾਂਕਿ ਬੇਹੋਸ਼ੀ ਦਾ ਇੰਜੈਕਸ਼ਨ ਦੇ ਕੇ ਇਸ ਨੂੰ ਕਾਬੂ ਕੀਤਾ ਗਿਆ ਤਾਂ ਖਬਰ ਪਾਣੀਪਤ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਤੇਂਦੂਏ ਦਾ ਆਤੰਕ ਜੋ ਹੈ ਲਗਾਤਾਰ ਕਹਿਰ ਬਰਪਾ ਰਿਹਾ ਸੀ ਤੇ ਹੁਣ ਉਸ ਤੇਂਦੂਏ ਨੂੰ ਰੈਸਕਿਊ ਕੀਤਾ ਗਿਆ ਤੇ ਇਸ ਦੌਰਾਨ ਰੈਸਕਿਊ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ।